ਅਸਲਾਮ ਵਾਲੇਕੁਮ ਜੀ ਦੋਸਤੋ, ਮੈਂ ਬਾਬਰ ਅਮਰਾ, ਤੁਸੀਂ ਵੇਖ ਰਹੇ ਹੋ ਦੋਸਤਾਨਾ ਟੀਵੀ ਅਮਰਾ। ਦੋਸਤਾਨਾ ਟੀਵੀ ਅਮਰਾ ਇਹ ਪਹਿਲਾਂ ਵੀ ਕੁਝ ਅਰਸਾ ਸਾਡਾ ਚੈਨਲ ਇਸੇ ਦਾ ਨਾਂ ਸੀ, ਤੇ ਦੁਬਾਰਾ ਅਸੀਂ ਨਾ ਓਪੀਜਨਸ ਨੂੰ ਸਾਈਡ ਤੇ ਕਰਕੇ ਦੋਸਤਾਨਾ ਟੀਵੀ, ਕਿਉਂਕਿ ਸਿਰਫ ਕਬੂਤਰਬਾਜ਼ੀ ਦੇ ਹੀ ਯਾਨੀ ਵੀਡੀਓ ਨਹੀਂ ਬਣਾਈ ਜਾਣ ਲੱਗੀ। ਇਸ ਤਰ੍ਹਾਂ ਇੰਟਰਵਿਊ ਜਾਂ ਕੋਈ ਵੀ ਗੱਪਸ਼ੱਪ ਹੋਵੇ ਦੀ, ਤੇ ਉਹ ਇਨਸ਼ਾਅੱਲਾ ਤੁਹਾਨੂੰ ਦਿਖਾਈ ਜਾਏਗੀ। ਅੱਜ ਅਸੀਂ ਮੌਜੂਦ ਹਾਂ ਉਸਤਾਦ ਵਹੀਦ ਮੁਰਾਦ ਭੱਟ ਫਖਰੇ ਡੇਂਗਾ। ਜੇਠ 2024 ਵਿੱਚ ਮਾਸ਼ਾਅੱਲਾ ਬਹੁਤ ਹੀ ਹਾਈ ਕੁਆਲਿਟੀ ਦੀ ਪਰਫਾਰਮੈਂਸ ਰਹੀ ਇਹਨਾਂ ਦੀ, ਜ਼ਬਰਦਸਤ ਕਬੂਤਰ ਉਡਾਏ ਇਹਨਾਂ ਨੇ, ਅਤੇ ਕਰੀਬੀ ਜ਼ਿਲ੍ਹਾ ਜਿਨ੍ਹਾਂ ਦਾ ਦਰਜਾ ਹਰਾਰਤ ਟੈਂਪਰੇਚਰ ਇੱਕ ਜੈਸਾ ਆ, ਉਹਦੇ ਵਿੱਚ ਕਾਫੀ ਲੀਡ 'ਤੇ ਚੈਂਪੀਅਨ ਬਣੇ। ਮੰਡੀ ਬਹਾਵਲਦੀਨ, ਜੇਹਲਮ, ਗੁਜਰਾਤ, ਖਾਰੀਆਂ, ਅਤੇ ਕਾਫੀ ਜ਼ਿਆਦਾ ਟੂਰਨਾਮੈਂਟ ਔਰ ਨਾਲ ਕੁਝ ਬਾਜ਼ੀਆਂ ਜਿੱਤੀਆਂ। ਅਤੇ ਕੁਝ ਦੋਸਤਾਂ ਦੇ ਕੋਈ ਸਵਾਲ ਹੈ ਜਿਹੜੇ ਕਿ ਪਿਛਲੇ ਦਿਨਾਂ 'ਤੇ ਕੀਤੇ ਜਾ ਰਹੇ ਨੇ, ਕਿਉਂਕਿ ਅੱਜ ਹੀ ਤਸਵਰ ਚੰਦ ਸਾਹਿਬ ਸ਼ਾਗਿਰਦ ਪੇ ਉਸਤਾਦ ਅਸਦ ਹਾਂ ਆਫ ਪਿਪਲਾਂ ਉਹਨਾਂ ਦੇ, ਅਤੇ ਕਾਫੀ ਦੋਸਤਾਂ ਨੇ ਮੈਨੂੰ ਵੀ ਫੋਨ ਕੀਤਾ, ਉਸਤਾਦਰਾਂ ਦੇ ਨਾਲ ਵੀ ਰਾਬਤਾ ਕਰਕੇ ਪੁੱਛਦੇ, ਅਤੇ ਉਹਨਾਂ ਦੇ ਇਹਨਾਂ ਗੱਲਾਂ ਦੇ ਜਵਾਬ ਲੈਣ ਵਾਸਤੇ ਉਸਤਾਦਰਾਂ ਦੇ ਕੋਲ ਆਏ ਹਾਂ, ਅਤੇ ਉਹਨਾਂ ਨਾਲ ਉਹ ਚੰਦ ਗੱਲਾਂ ਕਰਨੇ ਆ, ਪਤਾ ਕਰਨੇ ਆ ਕਿ ਉਹ ਕੀ ਵਜ੍ਹਾ, ਕਿਸ ਤਰ੍ਹਾਂ ਉਹ ਸ਼ਾਗਿਰਦ ਪਏ ਨੇ, ਅਤੇ ਕਬੂਤਰ ਕੌਣ ਉਡਾਉਂਦਾ ਰਿਹਾ। ਠੀਕ ਹੈ ਜੀ, ਅਤੇ ਉਸਤਾਦ ਜੀ ਕੀ ਖਿਆਲ ਹੈ, ਉਸ ਵਜ੍ਹਾ 'ਤੇ ਤੁਹਾਡੇ ਵੱਲ ਵੀ ਫੋਨ ਆਏ, ਮੇਰੇ ਵੱਲ ਵੀ ਕਈ ਦੋਸਤਾਂ ਨੇ ਕੀਤੇ, ਲੇਕਿਨ ਮੈਂ ਜਿਨ੍ਹਾਂ ਨੇ ਫੋਨ ਕੀਤਾ ਉਹਨਾਂ ਨੂੰ ਤਾਂ ਕਲੀਅਰ ਕਰ ਦਿੱਤਾ, ਬਾਕੀ ਦੋਸਤਾਂ ਨੂੰ ਕਲੀਅਰ ਕਰਨ ਵਾਸਤੇ ਤੁਸੀਂ ਕੋਈ ਸਾਹਿਬ ਗੱਲ ਪਤਾ 'ਚ ਕੀ ਹੈ, 2023-22-21 ਦੇ ਵਿੱਚ ਪਿਛਾਂ ਵਿੱਚ ਜਾਈਏ ਨਾ, ਅਤੇ ਕਈ ਬੰਦੇ ਜਿਹੜੇ ਨੇ ਉਹ ਕਹਿੰਦੇ ਨੇ ਕਿ ਤੁਸੀਂ ਇੱਥੇ ਕੋਈ ਦੋ ਉਸਤਾਦ ਲਿਆਂਦੇ ਪਿਪਲਾਂ ਵਾਲੇ, ਜੀ ਪਿਪਲਾਂ ਵਾਲੇ ਕੋਈ ਕਬੂਤਰ ਬੰਦੇ ਡਾ ਰਹੇ ਨੇ। ਮੈਂ ਤਾਂ ਉਹਨਾਂ ਬੰਦਿਆਂ ਤੋਂ ਪਰੇਸ਼ਾਨ ਇਸ ਗੱਲ ਤੋਂ ਵੀ ਯਾਰ, ਗੱਲ ਇੰਜੀ ਕੋਈ, ਸਾਨੂੰ 30 ਸਾਲ ਹੋ ਗਏ ਨੇ ਕਬੂਤਰ ਉਡਾਉਂਦੇ ਹੋ, 30 ਸਾਲਾਂ ਦੇ ਵਿੱਚ ਅਸੀਂ ਕਿਸੇ ਬੰਦੇ ਕੋਲੋਂ ਅੱਜ ਤੱਕ ਇਹ ਵੀ ਨਹੀਂ ਪੁੱਛਿਆ ਕਿ ਕਬੂਤਰਾਂ ਨੂੰ ਦੇਣਾ ਕੀ ਹੈ, ਅਤੇ ਨਾ ਸਾਡਾ ਕਿਸੇ ਕੋਲ ਮਕਸਦ ਪੁੱਛਣ ਦਾ, ਕਿਉਂਕਿ ਅਸੀਂ ਸ਼ੇਰਦਾ, ਬੇਸ਼ੱਕ ਸਾਡਾ ਮਕਸਦ ਹੀ ਕੋਈ ਕਿਸੇ ਨੂੰ ਪੁੱਛਣ ਦਾ। ਜੀ ਜੀ, ਅਤੇ ਲੋਕੀ ਜਿਹੜੇ ਨੇ, ਲੋਕਾਂ ਨੂੰ ਵੀ ਇਹ ਸੋਚਣਾ ਚਾਹੀਦਾ, ਕਮ ਅਜ਼ ਕਮ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਹੈ, ਅਸੀਂ ਆਪੂ ਉਸਤਾਦ ਹਾਂ, ਅਤੇ ਹੁਣ ਸਾਡੇ 'ਤੇ ਆ ਕੇ ਕਿਸੇ ਕਬੂਤਰ ਨੇ ਡਾਣੇ ਨੇ, ਬਲਕਿ ਸ਼ਾਗਿਰਦ ਅੱਗੇ ਕਈ ਨੇ, ਔਰ ਉਹਨਾਂ ਸ਼ਾਗਿਰਦਾਂ ਦੇ ਵੀ ਅੱਗੋਂ ਸ਼ਾਗਿਰਦ ਜਾ, ਅੱਗੋਂ ਬੰਦੇ ਇਹ ਕਹਿ ਰਹੇ ਨੇ ਕਿ 2 ਉਸਤਾਦ ਲਿਆਂਦੇ ਨੇ ਇਹਨਾਂ ਨੇ, ਲਿਆ ਕੇ ਤੇ ਇਹਨਾਂ ਬੈਠ ਕੇ 'ਚ ਡੱਕੇ ਨੇ, ਅੰਦਰ ਕਮਰੇ 'ਚ ਰੱਖੇ ਨੇ, ਕਮਰਾ ਭਾਵੇਂ ਬੰਦੇ ਜਿਲੇ ਟੁੱਟ ਜਾਂਦੇ ਨੇ ਅਤੇ ਫਿਰ ਉਸਤਾਦ ਛੱਤ 'ਤੇ ਟੁੱਟ ਜਾਂਦੇ ਨੇ। ਮੈਂ ਤੁਹਾਨੂੰ ਆਖਿਆ ਕਰਮਾ ਲਿਓ, ਇਹਦੀ ਗੱਲ ਕੋਈ ਨਹੀਂ, ਜੇ ਉਸਤਾਦ ਆਵਣ ਵੀ ਉਸਤਾਦਾਂ ਨੂੰ ਅਸੀਂ ਬੈਠ ਕੇ ਉਸ 'ਚ ਜਾਂ ਅੰਦਰ ਕਮਰੇ 'ਚ ਨਹੀਂ ਬਾਣਾ, ਛੱਤ ਤੇ ਇੱਜ਼ਤ ਤੇ ਕਰਨੀ ਹੈ ਉਹਨਾਂ ਦੀ, ਬਾਣਾ ਜਿਹੜਾ ਵੀ ਕੋਈ ਉਸਤਾਦ ਆਵੇ ਮਿਲਣ ਆਵੇ ਜਾਂ ਉਂਝ ਜਿਸ ਤਰ੍ਹਾਂ ਵੀ, ਲੇਕਿਨ ਇਹ ਗੱਲ ਕੋਈ ਨਹੀਂ ਜੀ, ਮੁਕੰਮਲ ਤੌਰ ਤੇ ਕਬੂਤਰ ਪਰਵਰੀ ਜਿਹੜੀ ਇਸ ਛੱਤ ਦੀ ਉਹ ਕਰਦੇ ਰਹੇ ਨੇ ਇਹ ਮੇਰੇ ਉਸਤਾਦ ਸਾਹਿਬ। ਅਸੀਂ 35-30 ਸਾਲ ਤੋਂ ਕਬੂਤਰ ਉਡਾ ਰਹੇ ਹਾਂ ਇਸ ਏਰੀਏ 'ਚ। ਜੀ ਜੀ, ਪਹਿਲਾਂ ਕੋਈ ਭਲਵਾਨ ਦੇ 15 ਸਾਲ ਅਸੀਂ ਕਬੂਤਰ ਰੱਖੇ ਨੇ, 5 ਸਾਲ ਇੱਥੇ ਸਾਨੂੰ ਹੋ ਗਏ ਨੇ। ਜੀ ਜੀ, ਮੈਨੂੰ ਸਮਝ ਨਹੀਂ ਆਇਆ ਸਾਡੇ ਕੋਲ ਪਹਿਲੀ ਵਾਰੀ ਕਬੂਤਰ ਉੱਡਲੇ ਨੇ, 35-30 ਸਾਲ ਤੋਂ 6 ਕਬੂਤਰ ਉੱਡਦੇ ਲਗੇ ਆਉਂਦੇ ਨੇ। ਬੇਸ਼ੱਕ, ਕੋਈ ਸ਼ੱਕ ਨਹੀਂ, ਜਿਸ ਵੇਲੇ ਵੀ ਮਸਲਾ
2021 22 ਪਿਛਾ ਜਿਸ ਵੇਲੇ ਟੁਰਜੀ 2012 ਵਿੱਚ 11 ਵਿੱਚ 10 ਵਿੱਚ ਜਿੱਧਰ ਵੀ ਜਾਈਏ ਨਾ ਜਦੋਂ ਸਾਡਾ ਰਿਜ਼ਲਟ ਜਿਹੜਾ ਇਨਸ਼ਾਅੱਲਾ ਤਾਲਾ ਸਭ ਤੋਂ ਅੱਛਾ ਰਿਹਾ ਉਹਦੇ ਵਿੱਚ ਵੀ ਫਿਰ ਮੇਰੇ ਕਿਸੇ ਜਾ ਕੇ ਡਾਏ ਨੇ ਨਹੀਂ ਨਹੀਂ ਕੋਈ ਕੋਈ ਸਮਝ ਇਸ ਗੱਲ ਦੇ ਬੰਦਿਆਂ ਨੂੰ ਥੋੜਾ ਜਿਹਾ ਇਸ ਗੱਲ ਤੇ ਗੌਰ ਕਰਨਾ ਚਾਹੀਦਾ ਇੰਝ ਦੀ ਗੱਲ ਨਾ ਇਹ ਅੱਗੋਂ ਵੀ ਨਹੀਂ ਆਏ ਹੁਣ ਚਾਨਣ ਸ਼ੇਰ ਤੇ ਪਿਆ ਉੱਥੇ ਜਿੰਨੇ ਸਾਡੇ ਕਬੂਤਰ ਆ ਕੇ ਡਾਏ ਨੇ ਜਾਂ ਅਸੀਂ ਕਿਸੇ ਕੋਲ ਮਸ਼ਵਰਾ ਲਿਆ ਹੋਵੇ ਉਂਝ ਬੰਦੇ ਆਉਂਦੇ ਜਾਂਦੇ ਰਹਿੰਦੇ ਨੇ ਤੁਸੀਂ ਵੀ ਆਉਂਦੇ ਹੋ ਦੂਸਰੇ ਨੰਬਰ ਤੇ ਗੱਲ ਹੈ ਕਿ ਇੱਥੇ 5 ਸਾਲ ਹੋ ਗਏ ਨੇ ਕਬੂਤਰ ਅਸੀਂ ਡਾ ਰਹੇ ਹਾਂ ਮੇਰਾ ਸ਼ੇਰ ਦੇ ਮੁਹੰਮਦ ਜ਼ਬੈਰ ਬੂਟਾ ਠੀਕ ਹੈ ਤਕਰੀਬਨ ਦਵਾਈ ਵੀ ਕਬੂਤਰਾਂ ਨੂੰ 100/100 ਉਹ ਹੀ ਲੈਂਦਾ ਆ ਕੇ ਮੇਰੇ ਨਾਲ ਉਹ ਹੀ ਹੁੰਦਾ ਨਾਲ ਮਿਹਨਤ ਜੇ ਕਰਦਾ ਜਾਂ ਦੂਸਰੇ ਮੁੰਡੇ ਜਿਹੜੇ ਮੇਰੇ ਨਾਲ ਨੇ ਉਹ ਵੀ ਉਹ ਤੇ ਠੀਕ ਹੈ ਉਹਨਾਂ ਦੀ ਆਪਣੀ ਮਿਹਨਤ ਹੈ ਜਿਹੜੀ ਉਹ ਕਰਦੇ ਨੇ ਨਾਲ ਮੇਰੇ ਰਹਿੰਦੇ ਨੇ ਤੇ ਇਹ ਵੀ ਬੰਦਿਆਂ ਨੂੰ ਸੋਚਣਾ ਚਾਹੀਦਾ ਨਹੀਂ ਕਰਨਾ ਚਾਹੀਦਾ ਪਤਾ ਨੀ ਹੁਣ ਫਿਰ ਕੀ ਵਜ੍ਹਾ ਫਿਰ ਬੰਦਿਆਂ ਦੇ ਕੀ ਜ਼ਿਹਨ ਚ ਗੱਲ ਹੈ ਨਹੀਂ ਜ਼ਿਹਨ ਵਿੱਚ ਗੱਲ ਉੱਥੋਂ ਹੀ ਥੋੜੀ ਜਿਹੀ ਹੋਈ ਨਾ ਤੇ ਉਹ ਚਲੋ ਐ ਕਿ ਤੁਸੀਂ ਕਲੀਅਰ ਕਰ ਦਿੱਤੀ ਏ ਕਿ ਉਡਾਣ ਵਿੱਚ ਕਬੂਤਰਾਂ ਦੇ ਨਹੀਂ ਕੋਈ ਸਦਾ ਕੋਈ ਵੀ ਨਹੀਂ ਸੀ ਨਹੀਂ ਅੱਜ ਤੱਕ ਵੇਖੋ ਜੀ 30 ਸਾਲਾਂ ਤੋਂ ਉਸੇ ਬੰਦੇ ਨਾਲ ਉਹਨਾਂ ਦਾ ਦੋਸਤਾਨਾ ਵੀ ਇਹ ਵੀ ਸਾਨੂੰ ਪਤਾ ਹੈ ਤੇ ਉਂਝੋ ਸ਼ਗਿਰਦ ਵੀ ਜਾਂ ਉਹ ਵੇਖੋ ਜੀ ਉਹਦੇ ਚ ਸਾਨੂੰ ਗੱਲ ਅਸੀਂ ਕਿਸੇ ਗੱਲ ਤੋਂ ਇਸ ਗੱਲ ਤੋਂ ਰੇਂਜ ਨਹੀਂ ਅਸੀਂ ਤੇ ਮੈਂ ਉਹਨੂੰ ਆਹ ਪਾਕਿਆ ਤੂੰ ਸ਼ਗਿਰਦ ਪਿਆ ਯਾਰ ਸ਼ਗਿਰਦ ਪਿਆ ਕੱਲ ਨੂੰ ਤੇਰੇ ਕੋਲ ਬੰਦਾ ਕਿਸੇ ਨਾਲ ਤੂੰ ਬਾਜ਼ੀ ਲਾਨਾ ਹੈ ਤੇ ਬੰਦਾ ਤੈਨੂੰ ਪੁੱਛਦਾ ਭਾਈ ਹਾਂ ਭਾਈ ਤੇਰਾ ਸਟਾਰ ਕਿਹੜਾ ਹੈ ਡਾਇਰੈਕਟਲੀ ਕੋਈ ਨਾ ਕਵੇ ਤੂੰ ਇੱਥੇ ਤਾਈ ਕੋਈ ਨੋਬਤ ਹੀ ਨਾ ਆਵੇ ਤੂੰ ਸ਼ਗਿਰਦ ਪਿਆ ਜਾ ਜੇ ਤੂੰ ਸ਼ਗਿਰਦ ਪਿਆ ਤੇਰੇ ਨਾਲ ਕੋਈ ਗੱਲ ਕਰੇ ਤਾਂ ਦੱਸੀ ਭਾਈ ਮੇਰਾ ਵਾਲਾ ਉਸਤਾਦ ਹੈ ਸਹੀ ਇਹ ਗੱਲ ਬਾਤ ਜੇ ਸਾਰੀ ਫਿਰ ਅੱਗੋਂ ਮੈਂ ਤੇ ਇਹੀ ਕਹਾਂਗਾ ਕਿ ਮਿਹਰਬਾਨੀ ਜੇ ਕਿਸੇ ਨੂੰ ਕੋਈ ਮਸਲਾ ਹੋਵੇ ਤਾਂ ਸਾਡੇ ਕੋਲ ਪੁੱਛ ਲੈ ਕੇ ਰਹਿਣਾ ਭਾਈ ਜੀ ਇੱਥੇ ਕੋਈ ਤੁਹਾਡੇ ਕੋਲ ਉਸਤਾਦ ਉਹ ਤਾਂ ਫਿਰ ਕੋਈ ਦੋਸਤਾਂ ਨੇ ਤੁਹਾਡੇ ਕੋਲ ਵੀ ਪੁੱਛਿਆ ਇਹਨਾਂ ਨੇ ਸਾਡੇ ਨਾਲ ਵੀ ਗੱਲ ਮੈਨੂੰ ਵੀ ਕਿਤੋਂ ਨੇ ਫੋਨ ਕੀਤਾ ਉਸਤਾਦ ਜੀ ਕੋਈ ਬੰਦੇ ਦੋ ਆਏ ਕਬੂਤਰ ਡਾਣ ਮੈਂ ਕਿਹਾ ਸਾਡੀ ਛੱਤ ਤੇ ਕਦੀ ਅੱਗੇ ਵੀ ਕੋਈ ਨਹੀਂ ਆਇਆ ਤੇ ਹੁਣ ਵੀ ਕੋਈ ਨਹੀਂ ਕੋਈ ਸ਼ਾਇਦ ਅਸੀਂ ਤੇ ਗੱਲ ਵੀ ਕੋਈ ਨਹੀਂ ਆਏ ਇਹ ਤੇ ਦੋਸਤੋ ਗੱਲ ਹੋ ਗਈ ਬਾਕੀ ਉਸਤਾਦ ਰਾਮ ਦੇ ਨਾਲ ਪਤਾ ਕਰਨੇ ਆ ਹੁਣ ਉਸਤਾਦ ਜੀ ਇਸ ਵਜ ਸੀਜ਼ਨ ਉਡਾ ਰਹੇ ਹੋ ਜਾਂ ਨਹੀਂ ਜੀ ਚੋਚ ਸਾਹਿਬ ਇਨਸ਼ਾਅੱਲਾ ਕਬੂਤਰ ਪੱਟੇ ਨੇ ਕਬੂਤਰਾਂ ਦੀ ਤਿਆਰੀ ਤੇ ਕਰਨੇ ਆ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਜ਼ਿੰਦਗੀ ਰਹਿਣੀ ਚਾਹੀਦੀ ਤੇ ਇਨਸ਼ਾਅੱਲਾ ਕਬੂਤਰ ਸ਼ੋਕ ਨਾ ਸਹੀ ਹੋ ਗਿਆ ਤੇ ਸ਼ੋਕ ਸੁਦਾ ਹੋਵੇ ਵਿਸਾਖ ਦਾ ਹੋਵੇ ਚੇਤਰ ਦਾ ਹੋਵੇ ਜੇਠ ਦਾ ਹੋਵੇ ਸਾਡਾ ਕੰਮ ਕੋਈ ਨਹੀਂ ਹੋ ਰਿਹਾ ਕਿਉਂਕਿ ਅਸੀਂ ਸਿਰਫ ਕਬੂਤਰਾਂ ਤੇ ਬੈਠੇ ਆ ਅਸੀਂ ਡਾਣੇ ਡਾਣੇ ਨੇ ਠੀਕ ਹੋ ਜਾਂ ਇਨਸ਼ਾਅੱਲਾ ਸ਼ੋਕ ਕਰਾਂਗੇ ਜਿਹੜੇ ਮੌਸਮ ਦਾ ਵੀ ਸ਼ੋਕ ਹੋਇਆ ਕਰਾਂਗੇ ਠੀਕ ਹੈ ਜੀ ਦੋਸਤੋ ਇਹ ਗੱਲ ਹੀ ਜਿਹੜੀ ਉਸਤਾਦ ਰਾਮ ਨੇ ਕਲੀਅਰ ਕਰ ਦਿੱਤੀ ਬਾਕੀ ਅਸਵਜ ਦਾ ਉਹ ਸ਼ੋਕ ਕਰ ਰਹੇ ਨੇ ਮਾਸ਼ਾਅੱਲਾ ਤੇ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਆ ਇਹ ਗੱਲ ਕਲੀਅਰ ਕਰਨ ਵਾਲੀ ਸੀ ਉਹ ਕਰ ਦਿੱਤੀ ਉਸਤਾਦ ਰਾਮ ਨੇ ਖੁਦਾ ਹਾਫਿਜ਼।